ਸੈਕਸ਼ੂਅਲ ਪ੍ਰੋਬਲਮਸ ਦੇ ਵਿੱਚ ਇਨਫੈਕਸ਼ਨ ਦਾ ਬਹੁਤ ਵੱਡਾ ਰੋਲ ਹੈ ਕਿ ਲੋਕ ਨੂੰ ਪਿਸ਼ਾਬ ਲੱਗ ਕੇ ਆਉਂਦਾ ਰਹਿੰਦਾ ਹੈ ਪਹਿਲਾਂ, ਜਿਸਦਾ ਉਹ ਇਲਾਜ ਨਹੀਂ ਕਰਾਉਂਦੇ ਹਨ, ਜਾਂ ਉਹਦੇ ਵਾਈਫ ਨੂੰ ਪਾਣੀ ਪੈਂਦਾ ਹੈ ਉਹਦਾ ਵੀ ਇਲਾਜ ਨਹੀਂ ਕਰਾਉਂਦੇ ਹਨ, ਅਤੇ ਉਹਨਾਂ ਨੂੰ ਵੀ ਮਰਦ ਨੂੰ ਸੈਕਸ਼ੂਅਲ ਪ੍ਰੋਬਲਮ ਆ ਸਕਦੀ ਹੈ। ਜਦੋਂ ਵੀ ਯੂਰੀਨਰੀ ਟ੍ਰੈਕਸ 'ਚ ਕੋਈ ਵੀ ਇਨਫੈਕਸ਼ਨ ਹੁੰਦੀ ਹੈ ਉਹ ਸਾਡੇ ਪ੍ਰੋਸਟੇਟ 'ਤੇ ਅਸਰ ਕਰ ਸਕਦੀ ਹੈ, ਅਤੇ ਇਹਦੇ ਨਾਲ ਵੀ ਸਾਡਾ ਟਾਈਮ ਘੱਟ ਸਕਦਾ ਹੈ। ਇੱਕ ਗੱਲ 'ਤੇ ਮੈਂ ਹੋਰ ਕਹਿਣਾ ਚਾਹਾਂਗਾ, ਜੇ ਵੀ ਆਪਾਂ ਕਿਤੇ ਵੀ ਜਾਂਦੇ ਹਾਂ ਅਨਪ੍ਰੋਟੈਕਟਿਡ ਸੈਕਸ ਬਿਲਕੁਲ ਵੀ ਨਾ ਕਰੋ, ਕਿਉਂਕਿ ਸਿਰਫ ਏਡਜ਼ ਹੀ ਨਹੀਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਹਨ ਜਿਹੜੀਆਂ ਤੁਹਾਨੂੰ ਲੱਗ ਸਕਦੀਆਂ ਹਨ, ਔਰ ਬਾਅਦ 'ਚ ਇਹ ਬਿਮਾਰੀਆਂ ਤੁਹਾਨੂੰ ਬਾਪ ਬਣਨ ਤੋਂ ਵਿੱਚ ਪ੍ਰੋਬਲਮ ਕ੍ਰੀਏਟ ਕਰ ਸਕਦੀਆਂ ਹਨ, ਕਿਉਂਕਿ ਇਹ ਪ੍ਰੋਬਲਮਸ ਕਰਕੇ ਤੁਹਾਡਾ ਸਪਰਮ ਕਾਊਂਟ ਘੱਟ ਸਕਦਾ ਹੈ, ਇਨਫੈਕਸ਼ਨ ਰਹਿ ਸਕਦੀ ਹੈ, ਪ੍ਰੋਸਟੇਟ ਦੀ ਪ੍ਰੋਬਲਮ ਆ ਸਕਦੀ ਹੈ। ਸੋ ਆਪਣੇ ਆਪ ਨੂੰ ਬਚਾ ਕੇ ਰੱਖੋ ਤਾਂ ਕਿ ਤੁਸੀਂ ਕਿਸੇ ਦਾ ਵੀ ਇਨਫੈਕਸ਼ਨ ਦਾ ਸ਼ਿਕਾਰ ਨਾ ਹੋਵੋ। ਜੇ ਤੁਹਾਨੂੰ ਕਦੇ ਵੀ ਪਿਸ਼ਾਬ ਲੱਗ ਕੇ ਆਵੇ ਜਾਂ ਵਾਰ ਵਾਰ ਆਵੇ ਤਾਂ ਡਾਕਟਰ ਨੂੰ ਆ ਕੇ ਮਿਲੋ, ਜਾਂ ਤੁਹਾਡੇ ਗੋਲੀਆਂ 'ਚ ਦਰਦ ਹੁੰਦੀ ਹੋਵੇ ਤਾਂ ਡਾਕਟਰ ਨੂੰ ਆ ਕੇ ਮਿਲੋ, ਤਾਂ ਕਿ ਤੁਸੀਂ ਆਪਣਾ ਇਲਾਜ ਪ੍ਰੋਪਰ ਕਰਾ ਸਕੋ।